ਸਤਿ ਸ਼੍ਰੀ ਅਕਾਲ ਦੋਸਤੋ ਆਪ ਸਭ ਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਕਲਾਸ ਦੇ ਵਿੱਚ ਸੋ ਦੋਸਤੋ 26 ਤਰੀਕ ਤੋਂ ਪੇਪਰ ਸ਼ੁਰੂ ਹੋ ਰਿਹਾ ਹਨ ਆਪ ਸਭ ਨੂੰ ਪਤਾ ਲੱਗ ਹੀ ਗਿਆ ਹੋਵੇਗਾ ਸੋ 8ਵੀਂ ਜਮਾਤ ਵਾਲਿਆਂ ਦਾ ਜਿਹੜਾ ਪਹਿਲਾ ਪੇਪਰ ਆ ਰਿਹਾ ਹੈ ਉਹ ਹੈ ਹਿੰਦੀ ਦਾ ਸੋ ਬਹੁਤ ਸਾਰੇ ਵਿਦਿਆਰਥੀਆਂ ਦੇ ਕਮੈਂਟ ਆ ਰਹੇ ਸਨ ਕਿ ਸਰ ਹਿੰਦੀ ਦਾ ਪੇਪਰ ਸਾਡੇ ਲਈ ਲੈ ਕੇ ਆਇਆ ਜਾਵੇ ਸੋ ਦੋਸਤੋ ਅੱਜ ਅਸੀਂ ਲੈ ਕੇ ਆਏ ਹਾਂ 8ਵੀਂ ਜਮਾਤ ਦੇ ਵਿਦਿਆਰਥੀਆਂ ਦੇ ਲਈ ਹਿੰਦੀ ਦਾ ਸੈਂਪਲ ਪੇਪਰ ਠੀਕ ਹੈ ਜੀ ਜਿਹੜਾ ਤੁਹਾਡਾ ਹੁਣ ਪੈਟਰਨ ਹੈ 40 ਨੰਬਰਾਂ ਦੇ ਦੇ ਪੇਪਰ ਆਣਾ ਹੈ ਉਹਦੇ ਅਕੋਰਡਿੰਗ ਹੈ ਠੀਕ ਹੈ ਜੀ ਸੋ ਪੂਰੀ ਤਰ੍ਹਾਂ ਸੋਲਵ ਕਰਕੇ ਲੈ ਕੇ ਆਏ ਹਾਂ ਨਾਲ ਅਸੀਂ ਪੀਡੀਐਫ ਵੀ ਲੈ ਕੇ ਆਏ ਹਾਂ ਤੁਹਾਡੀ ਸਹੂਲਤ ਦੇ ਲਈ ਕਿਉਂਕਿ ਪਹਿਲਾਂ ਬਹੁਤ ਸਾਰੇ ਵਿਦਿਆਰਥੀਆਂ ਦੇ ਕਮੈਂਟ ਆ ਰਹੇ ਆਂਦੇ ਸਨ ਕਿ ਸਰ ਸਾਨੂੰ ਪੀਡੀਐਫ ਦੇ ਦਿੱਤੀ ਜਾਵੇ ਸਾਨੂੰ ਪੜਨ ਵਿੱਚ ਕਾਫੀ ਜ਼ਿਆਦਾ ਸਹੂਲਤ ਹੋ ਜਾਂਦੀ ਹੈ ਸੋ ਅੱਜ ਅਸੀਂ ਲੈ ਕੇ ਆਏ ਹਾਂ 8ਵੀਂ ਜਮਾਤ ਦੇ ਵਿਦਿਆਰਥੀਆਂ ਦੇ ਲਈ ਸੈਂਪਲ ਪੇਪਰ ਪੂਰੀ ਤਰ੍ਹਾਂ ਸੋਲਵ ਕੀਤਾ ਗਿਆ ਹੈ ਨਵੰਬਰ ਦਸੰਬਰ ਜਿਹੜਾ ਸਾਡਾ ਸਿਲੇਬਸ ਹੈ ਉਹਦੇ ਅਕੋਰਡਿੰਗ ਹੈ ਠੀਕ ਹੈ ਜੀ ਸੋ ਆਓ ਸ਼ੁਰੂ ਕਰਦੇ ਹਾਂ ਸੋ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰ ਦੇਣਾ ਠੀਕ ਹੈ ਜੀ ਤਾਂ ਜੋ ਬਾਕੀ ਵਿਦਿਆਰਥੀਆਂ ਤੱਕ ਵੀ ਇਹ ਪੇਪਰ ਜਲਦ ਤੋਂ ਜਲਦ ਪਹੁੰਚ ਸਕੇ ਸੋ ਸ਼ੁਰੂ ਕਰਦੇ ਹਾਂ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਹੈ 8ਵੀਂ ਜਮਾਤ ਦਾ ਹਿੰਦੀ ਦਾ ਪੇਪਰ ਹੈ ਸੈਂਪਲ ਪੇਪਰ ਹੈ 45 ਅੰਕਾਂ ਦਾ ਤੁਹਾਡਾ ਇਹ ਪੇਪਰ ਹੋਵੇਗਾ ਠੀਕ ਹੈ ਜੀ ਸੋ ਇਹ ਪੂਰੀ ਤਰ੍ਹਾਂ ਸੀ ਤੁਹਾਡੇ ਲਈ ਸੋਲਵ ਕਰਕੇ ਲੈ ਕੇ ਆਏ ਹਾਂ ਤੁਹਾਡੀ ਸਹੂਲਤ ਦੇ ਲਈ ਸੋ ਬੱਚਿਓ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤਾ ਗਿਆ ਹੈ ਲਿੰਕ ਤੇ ਕਲਿੱਕ ਕਰਕੇ ਤੁਸੀਂ ਇਹ ਪੂਰਾ ਪੇਪਰ ਡਾਊਨਲੋਡ ਕਰ ਸਕਦੇ ਹੋ ਜੋ ਕਿ ਪੂਰੀ ਤਰ੍ਹਾਂ ਸੋਲਵ ਕੀਤਾ ਹੋਇਆ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਤੇ ਸੋ ਸਭ ਤੋਂ ਪਹਿਲਾ ਪ੍ਰਸ਼ਨ ਹੈ ਬਹੁ ਵਿਕਲਪਿਕ ਪ੍ਰਸ਼ਨ ਹੈ 18 ਆਉਣਗੇ 18 ਨੰਬਰਾਂ ਦੇ ਹੋਣਗੇ ਜਿਵੇਂ ਨੰਬਰ 1 ਹੈ ਗगन ਸ਼ਬਦ ਦੇ ਪ੍ਰਾਇਵਾਚੀ ਸ਼ਬਦ ਕਿਹੜਾ ਹੈ ਸੋ ਨੀਚੇ ਆਪਸ਼ਨ ਦਿੱਤੇ ਹਨ ਉਹਦੇ ਨੀਚੇ ਆ ਉੱਤਰ ਵੀ ਦਿੱਤਾ ਹੋਇਆ ਹੈ ਸੋ ਇਸੇ ਤਰ੍ਹਾਂ ਹੀ ਅਸੀਂ ਤੁਹਾਨੂੰ ਇੱਥੇ ਵੀ ਸਕਰੋਲ ਕਰਕੇ ਦਿਖਾ ਦਿੰਦੇ ਹਾਂ ਸੋ ਜਿਆਦਾ ਸਹੂਲਤ ਦੇ ਲਈ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤਾ ਗਿਆ ਹੈ ਲਿੰਕ ਦੇ ਉੱਤੇ ਕਲਿੱਕ ਕਰਕੇ ਤੁਸੀਂ ਜਿਹੜਾ ਹੈ ਪੂਰਾ ਪੇਪਰ ਡਾਊਨਲੋਡ ਕਰ ਸਕਦੇ ਹੋ ਇਹ ਰਾਮਨਾ ਬੈਠ ਕੇ ਇਹਨੂੰ ਦੇਖ ਸਕਦੇ ਹੋ ਠੀਕ ਹੈ ਜੀ ਸੋ ਇਹ ਪੇਪਰ ਅਸੀਂ ਤੁਹਾਡੀ ਸੂਲ ਦੇ ਲਈ ਇੱਥੇ ਵੀ ਸਕਰੋਲ ਕਰ ਦਿੰਦੇ ਹਾਂ ਸੋ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤਾ ਗਿਆ ਹੈ ਲਿੰਕ ਤੇ ਕਲਿੱਕ ਕਰਕੇ ਤੁਸੀਂ ਇਹ ਸਾਰਾ ਪੇਪਰ ਜਿਹੜਾ ਹੈ ਸੋਲਵ ਹੋਇਆ ਜਿਹੜਾ ਤੁਹਾਨੂੰ ਦਿਖਾ ਰਿਹਾ ਸਕਰੀਨ ਤੇ ਇਹ ਪੂਰੀ ਤਰ੍ਹਾਂ ਸੋਲਵ ਕੀਤਾ ਹੋਇਆ ਹੈ ਠੀਕ ਹੈ ਜੀ ਸੋ ਦੇਖ ਸਕਦੇ ਹੋ ਠੀਕ ਹੈ ਦੋਸਤੋ ਸੋ ਦੋਸਤੋ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਇਸ ਤਰ੍ਹਾਂ ਦੇ ਪੇਪਰਾਂ ਦੇ ਲਿੰਕ ਤੁਹਾਨੂੰ ਅਸੀਂ ਲਗਾਤਾਰ ਭੇਜਦੇ ਰਹੀਏ ਠੀਕ ਹੈ ਜੀ ਸੋ ਨੋਟੀਫਿਕੇਸ਼ਨ ਕੋਈ ਮਿਸ ਨਾ ਹੋ ਜਵੇ ਸੋ ਬਨੇ ਰਹਿਣਾ ਸਾਡੇ ਚੈਨਲ ਦੇ ਨਾਲ ਤੇ ਲਗਾਤਾਰ ਅਸੀਂ ਵੀਡੀਓ ਲੈ ਕੇ ਆਵਾਂਗੇ ਹੋਰ ਪੇਪਰਾਂ ਦੀ ਵੀ ਬਾਕੀ ਕਲਾਸਾਂ ਦੇ ਲਈ ਵੀ ਤੇ ਤੁਹਾਡੀ ਕਲਾਸ ਦੇ ਲਈ ਵੀ ਸੋ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਲੈ ਕੇ ਤਦ ਤੱਕ ਲਈ ਧੰਨਵਾਦ